ਤੇ ਮਾਰੇ ਪਰ ਫਿਰ ਬਜੇ ਲੁਗਾਈ ਗੀਤ ਗਾਇਆ ਕਰਦੀ ਨਾ ਔਰ ਕੋਈ ਠੀਕ ਠਾਕ ਗੀਤ ਗਾਤੀ ਔਰ ਬਰਾਤੀਆਂ ਤਾਂ ਗਾਲੀ ਗੂਲੀ ਨਾ ਦੇਤੀ ਤੋ ਬੜਾ ਬੁੱਢਾ ਲਿਖਦਾ ਇਹ ਛੋੜੀਓ ਗਾਲੀ ਨਾ ਦਿਓ ਯਾ ਦੁਆ ਦੀ ਦੇ ਦਿਓ ਇਸੇ ਇਸੇ ਕਮਾਲ ਔਰ ਇਸੇ ਇਸੇ ਸਿਮਲੀ ਇਸੇ ਇਸੇ ਉਦਾਹਰਣ ਗਜਬ ਮਾਰੇ ਜੀਜਾ ਜੀ ਕੇ ਹੋਠ ਜਾਣੂ ਰੰਡੇ ਕੇ ਰੋਟ ਬਤਾਈਏ ਕਮਾਲ ਕਾ ਮਾਰੇ ਮੋਸਾ ਜੀ ਕੀ ਸੁੰਡੀ ਜਾਣੂ ਮੋਢਿਆ ਕੀ ਕੁੰਡੀ ਗਜਬ ਤੋ ਐਸੇ ਉਦਾਹਰਣ ਐਸੀ ਸਿਮਲੀ ਮੈਂ ਆਪਕੀ ਜਾਣਕਾਰੀ ਕੇ ਲਈ ਬਤਾ ਰਹਾ ਹੂੰ ਮਹਾਰਾਜਾ ਹਰਸ਼ਵਰਧਨ ਹੋਏ ਯਹਾਂ ਉਨਕੀ ਬਹਿਨ ਥੀ ਰਾਜਸ਼੍ਰੀ ਛੱਟੀ ਸਾਤਵੀਂ ਸ਼ਤਾਬਦੀ ਕੀ ਬਾਤ ਬਤਾ ਰਹਾ ਹੂੰ ਰਾਜਸ਼੍ਰੀ ਕਾ ਜਬ ਵਿਆਹ ਹੋਇਆ ਤੋ ਉਸਮੇ ਵੀ ਬਰਾਤੀਓ ਕੋ ਸਿੱਠਣੇ ਦੀਏ ਗਏ ਥੇ ਆਪਕੀ ਜਾਣਕਾਰੀ ਕੇ ਲਈ ਬਤਾ ਰਹਾ ਹੂੰ ਤੋ ਯੇ ਪਰੰਪਰਾ ਆਜ ਕੀ ਹੈ ਯੇ ਪਰੰਪਰਾ ਹਜ਼ਾਰੋਂ ਸਾਲ ਪੁਰਾਣੀ ਮਹਾਰਾਜਾ ਹਰਸ਼ਵਰਧਨ ਕਾ ਜਨਮ ਹੋਇਆ ਤੋ ਜੋ ਮਤਲਬ ਜੈਸੇ ਮਾਰੇ ਘਰ ਮੈਂ ਬਾਲਕ ਦਾ ਜਨਮ ਹੋਇਆ ਹੈ ਪਾਲਣਾ ਬਣਾਉਣ ਵਾਲਾ ਪਾਲਣਾ ਨੇਕਾ ਹੋਗਾ ਗਾਡਾ ਬਣਾਉਣ ਵਾਲਾ ਗਾਡਾ ਨੇਕਾ ਹੋਵੇਗਾ ਬਦਲੇ ਮੈਂ ਸੂਟ ਲੈ ਜਾਵਾਂਗੇ ਯੇ ਹਮਾਰੀ ਸੰਸਕ੍ਰਿਤੀ ਹੈ ਖੁਸ਼ੀ ਮਤਲਬ ਘਰ ਮੇ ਕਿਸਾਨ ਕੇ ਘਰ ਮੇ ਬੱਚਾ ਹੁਆ ਸਾਰੇ ਸਮਾਜ ਮੇ ਖੁਸ਼ੀ ਬਹੁ ਕਾ ਸੰਦੂਕ ਖਾਲੀ ਕਰਵਾ ਦੇ ਸਾਸੂ ਖੁਸ਼ੀ ਖੁਸ਼ੀ ਮੈਂ ਇਸ ਤੇ ਵੀ ਦੇ ਦੇ ਉਸ ਤੇ ਵੀ ਦੇ ਦੇ ਅਗਲੀਆਂ ਕੀ ਪੋਛਲੀਆਂ ਕੀ ਮਤਲਬ ਦੁਰਾਣੀ ਕੀ ਜਠਾਣੀ ਕੀ ਸਾਸੂ ਕੀ ਪਤਾ ਨੀ ਤਸੱਲੀ ਬਿਠਾ ਦੇ ਯੂ ਹੈ ਕਿ ਯੂ ਹੈ ਪਰਿਵਾਰ ਕੋ ਜੋੜਨੇ ਕਾ ਤਰੀਕਾ ਪਰਿਵਾਰ ਕੋ ਜੋੜਨੇ ਕਾ ਸਲੀਕਾ ਕਿ ਸਭ ਕੋ ਖੁਸ਼ ਰੱਖੋ ਲੇਕਿਨ ਇੱਕ ਆਦਮੀ ਸਭ ਕੋ ਖੁਸ਼ ਨਹੀਂ ਰੱਖ ਸਕਤਾ ਇਸ ਲਈ ਭਾਈ ਭਾਈਚਾਰਾ ਖਤਮ ਹੋ ਗਿਆ ਆਦਮੀ ਅਕੇਲਾ 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 ਪਤਾ ਨੀ ਕਹਾਂ ਜਾ ਕੇ ਰੁਕੇਗਾ ਤੋ ਇਸੀ ਲਈ ਅਬ ਆਪ ਲੋਗੋ ਸੇ ਦੂਸਰੇ ਸਵਾਲ ਪੁੱਛਤੇ ਹੈ ਇੱਕ ਸਵਾਲ ਹੋਰ ਪੁੱਛਤਾ ਹੂੰ ਬਜ਼ੁਰਗੋ ਸੇ कौन बताएगा भाई तैयार है सभी चलिए सपड़ का क्या बात है सपड़ का एक मिनट बैठ जा सपड़ का लाश का मार आ रहा है गोड़ का सपड़ का क्या बात है सपड़ का ताऊ लाडुआ का सपड़ का मरवाओ भाई ਗਾਸ ਤੋਂ ਲੈ ਨਹੀਂ ਸਕ ਹੈ ਤਾਂ ਮੈਂ ਦੋਰੇ ਖਿਚੜੀ ਪਰ ਉਹ ਸਪੜਕੇ ਵਾਲੀ ਕੋਲ ਖਿਚੜੀ ਜੇ ਬਾਜਰੇ ਖਿਚੜੀ ਗੋਜੀ ਮੈਂ ਬਣਾ ਕੇ ਖਾਇਆ ਕਰਦੇ ਉਸ ਕਾ ਲੱਗੇ ਸਵਾਦ ਤਾਂ ਗੋਜੀ ਵੀ ਨਹੀਂ ਮੇਰਾ ਕਦੇ ਲੈ ਤਾ ਲਾਡੂ ਦੇਸੀ ਘੀ ਕੇ ਬਹੁਤ ਬਹੁਤ ਧੰਨਵਾਦ ਹਾਂ ਸਪੜਕਾ ਵੀ ਹੈ ਸੜਕਾ ਵੀ ਹੈ ਸਭ ਚੀਜ਼ ਹੈ ਹਾਂ ਬਿਲਕੁਲ ਦੇਖੀਏ ਕਮਾਲ ਕੀ ਚੀਜ਼ ਹਮਾਰੀ ਸੰਸਕ੍ਰਿਤੀ ਹਮਾਰੀ ਸੰਸਕ੍ਰਿਤੀ ਕਾ ਕੋਈ ਮੁਕਾਬਲਾ ਨਹੀਂ ਚਲੀ ਇੱਕ ਮੁਹਾਵਰਾ ਵੀ ਅਭੀ ਤੱਕ ਤੋ ਮੈਂ ਸ਼ਬਦੋਂ ਕੇ ਪੁੱਛ ਰਿਹਾ ਥਾ ਅਬ ਇੱਕ ਮੁਹਾਵਰਾ ਪੁੱਛਤਾ ਹੂੰ ਮੈਨੇ ਤਾਊ ਕੇ ਕਰਿਆ ਪਿਛਲੇ ਦਸਕ ਸਾਲ ਸੇ ਮੈਂ ਬੜਾ ਦੁਖੀ ਸਾ ਥਾ ਕਿ ਮੈਂ ਹਰਿਆਣਵੀ ਕੇ ਜਿਤਨੇ ਮੁਹਾਵਰੇ ਹੈ ਉਨ ਪੇ ਕਿਸੋ ਨੇ ਕਿਤਾਬੇ ਨਹੀਂ ਲਿਖੀ ਮੈਨੇ ਗਾਂਵ ਗਾਂਵ ਮੈਂ ਜਾ ਕਰਕੇ ਆਪ ਜੈਸੇ ਬੁਜ਼ੁਰਗੋਂ ਸੇ ਬਾਤ ਕੀ ਔਰ ਉਸਕੇ 5000 ਮੁਹਾਵਰੇ ਲਿਖੇ ਹੈ ਯਹਾਂ ਵੋ ਕਿਤਾਬ ਰੱਖੀ ਹੈ ਸਾਡੇ 5000 ਮੁਹਾਵਰੇ ਇਕੱਠੇ ਕਰੇ ਹੈ ਜਿਸਸੇ ਕਮ ਸੇ ਕਮ ਆਉਣ ਵਾਲੀ ਪੀੜ੍ਹੀ ਕੋ ਇਹ ਤੋਂ ਪਤਾ ਚਲਾ ਵੀ ਇਸਕਾ ਅਰਥ ਕੀ ਹੈ ਤੋ ਮੇਰਾ ਇੱਕ ਪ੍ਰਯਾਸ ਇੱਕ ਛੋਟਾ ਸਾ ਪ੍ਰਯਾਸ ਇੱਕ ਮੁਹਾਵਰਾ ਪੁੱਛਤਾ ਹੂੰ ਮੈਂ ਜੋ ਵੀ ਇਸਕਾ ਅਰਥ ਬਤਾਏਗਾ ਉਸਕੋ ਵੀ ਦੇਸੀ ਘੀ ਕੇ ਲੱਡੂ ਮਿਲੇਗੇ ਹਰਿਆਣੇ ਮੁਹਾਵਰਾ ਬਹੁਤ ਬਾਤਾਂ ਮੈਂ ਨਾਸਾ ਮੈਂ ਲਾਠੀ ਦੇਣਾ ਨਾਸਾ ਮੈਂ ਲਾਠੀ ਦੇਣਾ ਕਿਆ ਬਾਤ ਹੈ ਕਿਆ ਬਾਤ ਕਿਆ ਬਾਤ ਡਟ ਜਾਓ ਡਟ ਜਾ ਗਿੰਦੋੜਾ ਖਾ ਲਈ ਇੱਕ ਵੀ ਨਾਸਾ ਮਲਾਠੀ ਦਵਾਓ ਨਾਸਾ ਮਲਾਠੀ ਦੇਣਾ ਕਿਸੇ ਕੋ ਨਜਾਇਜ਼ ਤੰਗ ਕਰਨਾ ਬਹੁਤ ਜ਼ਿਆਦਾ ਨਾਜਾਇਜ਼ ਤੰਗ ਬਹੁਤ ਜ਼ਿਆਦਾ ਨਜਾਇਜ਼ ਚਲੀ ਭਾਈ ਬਹੁਤ ਅੱਛਾ ਕਮਾਲ ਹੈ ਹਰਿਆਣਵੀ ਮੁਹਾਵਰੇ ਨਾਸਾ ਮਲਾਠੀ ਦੇਣਾ ਲੈ ਲੈ ਲਾਡੂ ਕਿਆ ਬਾਤ ਹੈ ਕਿਆ ਰੱਖੋਗੇ ਆਏ ਥੇ ਵਿਰਾਸਤ ਹੈਰੀਟੇਜ ਵਿਲੇਜ ਮੈਂ ਮਾਂ ਸਿੰਘ ਪੁਨੀਆ ਦੋ ਰਹੇ ਦੇਖੋ 8 ਤੱਕ ਤੋਂ ਮੈਂ ਖਵਾ ਸਕੂ ਹਾਂ ਅੱਗੇ ਗਾਰੰਟੀ ਨਹੀਂ ਇੱਕ ਹੋਰ ਸਵਾਲ ਪੁੱਛਤਾ ਹੂੰ ਇੱਕ ਸਵਾਲ ਹੋਰ ਆਪ ਲੋਗੋਂ ਸੇ ਪੁੱਛਤਾ ਹੂੰ ਤਿਆਰ ਹੋ ਸਭੀ ਤਿਆਰ ਹੈ ਨਾ ਬਿਲਕੁਲ ਪੂਰੀ ਤਰੀਕੇ ਸੇ
चलिए महिलाओं से पूछता हूं मैं, महिलाओं से ये जरूर बताएंगी, मुझे विश्वास है। सबसे पहले जो महिला हाथ खड़ा करेगी उसी को देसी घी के लड्डू मिलेंगे। प्यार है जी, बिल्कुल। चलिए पीड़िया, पीड़िया क्या बात है, क्या बात है पीड़िया, पीड़िया पीड़िया। हाँ जी, क्या बात, बहुत भाई। ताई को लड्डू, ताजा ताजा तो नहीं आया, कहते लड्डू मारे खाते हो, पीड़िया आपका आ गया हो। बहुत बहुत धन्यवाद भाई, गजब है, कमाल का। चलिए एक और पूछता हूं आखिरी, और उसके बाद फिर सांस्कृतिक कार्यक्रम आपका होगा। और किससे पूछूं, बुजुर्गों से पूछूं, युवाओं से पूछ लेते हैं आपकी बात, युवाओं से, ठीक है ना? बताओगे भाई, पक्का देख लिए, पक्का? हाँ, कोशिश कोशिश ही कामयाब होती है। ये युवाओं के लिए सवाल है और हरियाणवी सवाल है, और इसमें जो भी युवा इसके विषय में बताएगा, जो भी परंपराएं समाप्त हो रही है, कुआं गया, कुएं के साथ हजार शब्द थे सारे चले गए, डोल गया, मण गई, गीत गए, कुआं पूजन गया, परंपरा गई, सब खत्म हो गया। खेतों में तो बैल गया, हजारों चीजें समाप्त होगी, हजारों चीज समाप्त होगी। और कहीं कहीं बैल का और किसान का तो इतना मेल था, गजब का। बैल किसान कह देता डट उड़े डट जाता, किसान का था ले भाई राम का नाम चाल पड़ता, कमाल का जो कॉम्बिनेशन था बैल का और किसान का। इसीलिए बड़े बूढ़े कहा करते कि बैल हमारा दाता है, दाता यानी कि भगवान है, देने वाला है, इसीलिए गौ की पूजा घर में आया करते, देही भी रक्षा करते, देही गां जिसका दूध जो बिलोया नहीं करते भगवान को समर्पित। तो ऐसी परंपराएं हमारे लोक जीवन में देखने को मिलती है, लेकिन धीरे धीरे वो सारी परंपराएं समाप्त हो रही है। लेकिन हमारा एक छोटा सा प्रयास, सभ्य संस्कृति हरियाणा की, इसका कोई मुकाबला नहीं। मैंने बहुत करीब से देखा, और ताऊ जी मैं आपको बताऊं, आप लोगों के आशीर्वाद से मैं 22 देशों में बाहर जा चुका हूं अपनी कल्चर के प्रचार प्रसार के लिए। जहां भी जाता हूं अगले को एक शब्द हरियाणवी सिखा के आता हूं। लंदन में रहा 6 महीने, उनते भी हरियाणवी सिखा दी। मैं उनते बोलता, मां बोलो भाई, मेरे तड़के उठते हैं राम राम। अब उन्हें राम राम तो कहना नहीं आया, वो कह रैम 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 रैम, तो इसलिए राम राम तो कहना नहीं आया, तो रैम रैम ही सिखाए। अब जब भी टेलीफोन आता है, डॉक्टर पुनिया रैम रैम, अरे मखा घनी रैम रैम ना करा, रैम जागा। तो ऐसी जो स्थिति। चलिए युवाओं के लिए एक सवाल मैं पूछता हूं, तैयार है भाई सभी युवा? गुड़चिड़ी, गुड़चिड़ी युवा, हाँ आ जा भाई, गुड़चिड़ी, गुड़चिड़ी क्या है? या मैं थोड़ा ना घोड़ा बिठा के काम में फिर आ गए, घोड़ी पे नहीं भाई, अरे घोड़ी जुलम है भाई, अरे लाडू दे दे, आधा सा काम तो निकल दिया आधा ले भाई, ले भाई, बहुत बहुत धन्यवाद। देखिए कमाल हमारी संस्कृति, गजब है। घोड़ी, घोड़ी ले आओगे दूल्हे खातर? बोले भाई इस पर बैठ के बादशाह का दबाज ले, जमाना बचता तो बोले सारी जिंदगी घोड़ी बनूंगा, कोई दिक्कत नहीं। और अपने परिवार के लिए इंसान घोड़ी बना रहता है, जन्म से लेके मृत्यु पर्यंत हम अपने बच्चों के लिए क्या क्या नहीं करते, लदे फिरते हैं, ये हो जा, ये हो जा, ये हो जा। तो इसी प्रकार आप लोगों का सहयोग, स्नेह, प्रेम, ये बीड़ी का थोड़ा सा परहेज रखो, मतलब थोड़ा भट्ठा कम चलाओ। हाँ अल्ले है फूस में कितनी लागी तो ना खाली, हाँ मुश्किल हो जाएगी हमें तो। इसलिए इस चीज का जरूर ध्यान रखें, और इस कार्यक्रम की गरिमा को जरूर बनाए रखें। तो हमारे
बीच में चोपड़ा फैमिली हमारे बीच में है, हमारे मित्र कुलदीप चोपड़ा जी और उनके माता पिता हमारे बीच में हैं। मैं चाहता हूं एक बार तालियों से उनका स्वागत कीजिए। उनका हरियाणवी संस्कृति का प्रेम इतना है कि तड़की उठते हैं बोले भाई कोट बेले चाल लगा मन उड़े कोट बेले चाल लगा और पूरा स्वाद ले रहे हैं, मतलब कुछ नहीं, बिल्कुल आराम से आनंद ले रहे हैं जैसे आप लोग ले रहे हैं। तो इसलिए संस्कृति से प्रेम है, जब आप और हम दिल की बात करते हैं तो एक दूसरे से जुड़ते हैं, यही हमारी संस्कृति है, यही हमारे संस्कार है और यही संस्कार हमें आगे बढ़ने के लिए प्रेरित करते हैं। तो अब ये बच्चे बहुत बेहतरीन कलाकार आपके सामने, इन कलाकारों के लिए जोरदार तालियां, जितनी ठाडी ताली मारोगे उतना ही ठाडा प्रोग्राम करेंगे, उतने ही ठाडा ठोकेंगे थामने, जोरदार तालियां, बिल्कुल बहुत बहुत धन्यवाद।